ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਚੁੱਕੀ ਆ, ਪਰ ਕੱਲ੍ਹ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਆ। ਦੇਸ਼ ਭਗਤ ਕਾਲਜ ਬਰਦਵਾਲ ਧੂਰੀ ਖੜ੍ਹੇ ਆ, ਜਿੱਥੇ ਸਾਰੀਆਂ ਮਸ਼ੀਨਾਂ ਲੋਕ ਸਭਾ ਹਲਕੇ ਦੀਆਂ ਸਾਰੀਆਂ ਜੋ ਵੋਟਿੰਗ ਮਸ਼ੀਨਾਂ ਨੇ ਉਹ ਇਸੇ ਜਗ੍ਹਾ ਦੇ ਉੱਤੇ ਰੱਖੀਆਂ ਗਈਆਂ ਨੇ। 1764 ਬੂਥਾਂ ਦੇ ਉੱਤੇ ਵੋਟਿੰਗ ਹੋਈ ਆ। 4 ਜੂਨ ਨੂੰ ਇਸੇ ਜਗ੍ਹਾ 'ਤੇ ਜੋ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ। ਸਰ, ਉਹਨਾਂ ਦੀ ਇਲੈਕਸ਼ਨ ਕਿਉਂਕਿ ਇਸ ਸੰਬੰਧ ਆਈ ਕਾਰਡ ਬਣੇ ਨੇ, ਉਹਨਾਂ ਦੀ ਉਹ ਚੈਕਿੰਗ ਕਰਕੇ ਫਿਰ ਉਹਨਾਂ ਅੰਦਰ ਜਾ ਸਕਦੇ ਹਾਂ। ਹਾਂ, ਤੁਹਾਨੂੰ ਸਹੀ ਸਾਰ ਜੋ ਕਾਊਂਟਿੰਗ ਦਾ ਟਾਈਮ ਉਸ ਟਾਈਮ 'ਤੇ ਕਾਊਂਟਿੰਗ ਸ਼ੁਰੂ ਹੋ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਚੁੱਕੀ ਆ, ਪਰ ਕੱਲ੍ਹ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਆ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਦੇਸ਼ ਭਗਤ ਕਾਲਜ ਬਰਦਵਾਲ ਖੜ੍ਹੇ ਹਾਂ, ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਗਿਣਤੀ ਹੋਣੀ ਆ, ਲੋਕ ਸਭਾ ਹਲਕਾ ਸੰਗਰੂਰ ਦੇ ਜੋ 1764 ਬੂਥਾਂ ਦੇ ਉੱਤੇ ਵੋਟਿੰਗ ਹੋਈ ਆ, ਇਸੇ ਜਗ੍ਹਾ ਦੇ ਉੱਤੇ ਕੱਲ੍ਹ ਸਵੇਰੇ 8 ਵਜੇ ਤੋਂ ਲਾ ਕੇ ਜੋ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ। ਦੇਸ਼ ਭਗਤ ਕਾਲਜ ਬਰਦਵਾਲ ਧੂਰੀ ਖੜ੍ਹੇ ਆ, ਜਿੱਥੇ ਸਾਰੀਆਂ ਮਸ਼ੀਨਾਂ ਲੋਕ ਸਭਾ ਹਲਕੇ ਦੀਆਂ ਸਾਰੀਆਂ ਜੋ ਵੋਟਿੰਗ ਮਸ਼ੀਨਾਂ ਨੇ ਉਹ ਇਸੇ ਜਗ੍ਹਾ ਦੇ ਉੱਤੇ ਰੱਖੀਆਂ ਗਈਆਂ ਨੇ। 1764 ਬੂਥਾਂ ਦੇ ਉੱਤੇ ਵੋਟਿੰਗ ਹੋਈ ਆ, ਅਤੇ ਤੁਹਾਨੂੰ ਦੱਸ ਦੇ ਕਿ ਕੱਲ੍ਹ 8 ਵਜੇ ਸਵੇਰੇ 4 ਜੂਨ ਨੂੰ ਇਸੇ ਜਗ੍ਹਾ 'ਤੇ ਜੋ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ। ਅਤੇ ਇਹ ਦੱਸਿਆ ਜਾ ਰਿਹਾ ਕਿ 14 ਟੇਬਲ ਲਗਾਏ ਗਏ ਨੇ, ਅਤੇ 14 ਟੇਬਲਾਂ ਦੇ ਉੱਤੇ ਵੱਖ ਵੱਖ 1 ਤੋਂ ਲਾ ਕੇ 14 ਤੱਕ ਜੋ ਵੋਟਾਂ ਦੀ ਗਿਣਤੀ ਆ ਉਹ ਹੋਣੀ ਆ। ਸਵੇਰੇ 8 ਵਜੇ ਤੋਂ ਲਾ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਆ। ਪਰ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬੰਦੋਬਸਤ ਕੀਤੇ ਗਏ ਨੇ, ਗੇਟ ਆ, ਮੇਨ ਐਂਟਰੀ ਗੇਟ ਆ, ਇੱਥੇ ਪੁਲਿਸ ਮੁਲਾਜ਼ਮ ਖੜਾਏ ਗਏ ਨੇ, ਅਤੇ ਆਉਣ ਜਾਣ ਵਾਲੇ ਜੋ ਵੀ ਵਿਅਕਤੀ ਆ ਉਹਨਾਂ ਦੀ ਇੱਥੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਜਾਂਦੀ ਆ। ਆਈ ਕਾਰਡ ਨੇ ਉਹ ਦੇਖੇ ਜਾਂਦੇ ਨੇ। ਸਰ ਨਾਲ ਗੱਲ ਕਰ ਲੈਂਦੇ ਹਾਂ। ਸਰ, ਜੋ ਵੀ ਵਿਅਕਤੀ ਆਉਂਦਾ ਤਾਂ ਕੀ ਦੇਖ ਕੇ ਉਹਨਾਂ ਨੂੰ ਐਂਟਰੀ ਕੀਤੀ ਜਾਂਦੀ? ਸਰ, ਉਹਨਾਂ ਦੀ ਇਲੈਕਸ਼ਨ ਡਿਊਟੀ ਦੇ ਸੰਬੰਧ 'ਚ ਉਹਨਾਂ ਆਈ ਕਾਰਡ ਬਣੇ ਨੇ, ਉਹਨਾਂ ਦੀ ਉਹ ਚੈਕਿੰਗ ਕਰਕੇ ਫਿਰ ਉਹਨਾਂ ਅੰਦਰ ਜਾਣ ਦਿੱਤਾ ਜਾਂਦਾ। ਆਈ ਕਾਰਡ ਦੇਖੇ ਜਾਂਦੇ ਨੇ ਸਰ, ਕਿ ਜਿਸ ਤਰ੍ਹਾਂ ਪਤਾ ਲੱਗਿਆ ਕਿ ਕੱਲ੍ਹ 8 ਵਜੇ ਜੋ ਕਾਊਂਟਿੰਗ ਆ ਉਹ ਸ਼ੁਰੂ ਹੋ ਜਾਣੀ ਹੈ। ਸਰ, ਕਾਊਂਟਿੰਗ ਦਾ ਟਾਈਮ? ਹਾਂਜੀ, ਹਾਂ, ਕੱਲ੍ਹ ਸਹੀ ਸਾਰ ਜੋ ਕਾਊਂਟਿੰਗ ਦਾ ਟਾਈਮ ਆ ਉਸ ਟਾਈਮ 'ਤੇ ਕਾਊਂਟਿੰਗ ਸ਼ੁਰੂ ਹੋ ਜਾਏਗੀ। ਜੀ ਬਿਲਕੁਲ, ਤੁਸੀਂ ਸਰ ਨੂੰ ਸੁਣਿਆ, ਇਹਨਾਂ ਨੇ ਆਖਿਆ ਕਿ ਜੋ ਵੀ ਵਿਅਕਤੀ ਆਉਂਦਾ, ਕੋਈ ਵੀ ਗੱਡੀ ਲੈ ਕੇ ਇਸ ਗੇਟ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਆਈ ਕਾਰਡ ਨੇ ਜੋ ਚੋਣ ਕਮਿਸ਼ਨ ਦੇ ਵੱਲੋਂ ਬਣਾਏ ਗਏ ਨੇ ਉਹ ਦੇਖ ਕੇ ਉਹਨਾਂ ਨੂੰ ਫਿਰ ਅੰਦਰ ਐਂਟਰ ਹੋਣ ਦਿੱਤਾ ਜਾਂਦਾ। ਪਰ ਉੱਥੇ ਹੀ ਕੱਲ੍ਹ 4 ਜੂਨ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਜੋ ਵੋਟਾਂ ਦੀ ਗਿਣਤੀ ਆ ਸਵੇਰੇ 8 ਵਜੇ ਸ਼ੁਰੂ ਹੋ ਜਾਣੀ ਆ। ਸਾਰੇ ਪੰਜਾਬ ਦੀ ਨਿਗਾਹ ਲੋਕ ਸਭਾ ਹਲਕਾ ਸੰਗਰੂਰ 'ਤੇ ਰਹਿਣੀ ਆ। ਹੌਟ ਸੀਟ ਮੰਨੀ ਜਾਂਦੀ ਆ, ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ, ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਆ ਲੋਕ ਸਭਾ ਹਲਕਾ ਸੰਗਰੂਰ। ਕੱਲ੍ਹ ਨੂੰ ਦੇਖਣ ਵਾਲਾ ਹੋਊਗਾ ਕਿ ਜਦੋਂ 8 ਵਜੇ ਗਿਣਤੀ ਸ਼ੁਰੂ ਹੋਊਗੀ ਕਿ ਕਿਹੜਾ ਅੱਗੇ ਕਿਹੜਾ ਪਿੱਛੇ, ਇਹ ਆਉਣ ਵਾਲਾ ਸਮਾਂ ਦੱਸੇਗਾ।